हां जी ਤੁਹਾਡਾ ਨਾਮ ਅੰਕਲ ਜੀ ਹਰਪਿੰਦਰ ਸਿੰਘ ਜੀ ਅੰਕਲ ਕਿਹੜਾ ਏਰੀਆ ਵਾ ਇਹ ਪ੍ਰਤਾਪ ਨਗਰ ਦਾ ਜੀ ਅੱਛਾ ਤੁਸੀਂ ਸੜਕ ਬਾਰੇ ਦੱਸ ਰਹੇ ਜੀ ਕਿੰਨੀ ਦੇਰ ਹੋ ਗਈ ਆ ਸੜਕ ਇਹ ਸੜਕ ਬਣੀ ਨੂੰ 1 ਮਹੀਨਾ ਨਹੀਂ ਹੋਇਆ ਜੀ ਕਿਆ ਵੇਖੋ ਹਾਲ ਕੀ ਸੜਕ ਦਾ ਸੀਵਰ ਦੇ ਵੇਖੋ ਬੰਦ ਪਏ ਇੱਥੇ ਦੁਕਾਨਾਂ ਵਾਲਾ ਕਰਕੇ ਇਹ ਕੰਮ ਹੋਇਆ ਦੁਕਾਨਾਂ ਵਾਲਾ ਦਾ ਹਾਲ ਦੁਕਾਨਾਂ ਚੱਲਦੀਆਂ ਨਹੀਂ ਪਈਆਂ ਲੋਕਾਂ ਦੀਆਂ ਬੰਦ ਪਿਆ ਕੰਮ ਰੋਡ ਟੁੱਟੇ ਹੋਏ ਰੋਡ ਸਾਰੇ ਟੁੱਟੇ ਪਏ ਜੀ ਤੁਸੀਂ ਕੀ ਚਾਹੁੰਦੇ ਜੀ ਕੀ ਮੰਗ ਕਰਦੇ ਜੀ ਅਸੀਂ ਕਹਿੰਦੇ ਆ ਵੀ ਸਹੀ ਕੰਮ ਹੋਣਾ ਜਿਹੜਾ ਵੇਖੋ ਲਾਇਆ ਕੀ ਆ ਇਹਨਾਂ ਨੇ ਨਹੀਂ ਰੋੜੀ ਲਾਈ ਤੇ ਤੇਲ ਪਾ ਕੇ ਨਾਲ ਇਸ ਤਰ੍ਹਾਂ ਬਣਾਤੀ ਸੜਕ ਰੋੜੀ ਤੇ ਤੇਲ ਕਿੰਨੇ ਇੰਚ ਦੀ ਪਾਈ ਹੈ ਆ ਆ ਵੇਖੋ 1 ਇੰਚ 1 ਇੰਚ 1 ਇੰਚ ਸੜਕ ਬਣੀ ਆ ਕਿੰਨੇ ਸਾਲਾਂ ਬਾਅਦ ਬਣੀ ਸੀ ਇਹ ਪਹਿਲੀ ਸਰਕਾਰ ਦੇ ਬਣੀ ਆ ਉਹ ਸਿੱਧੂ ਸਾਹਿਬ ਦਾ ਅੱਛਾ ਲੇਕਿਨ ਸਿੱਧੂ ਸਾਹਿਬ ਕਦੀ ਇੱਥੇ ਨਾ ਹੀ ਦੇਖਿਆ ਨਾ ਕਦੀ ਆਏ ਆ ਉਹਨਾਂ ਨੂੰ ਆਪਾਂ ਕੌਣਸਲਰ ਕੌਣ ਹੈ ਤੁਹਾਡੇ ਏਰੀਏ ਦਾ ਸਾਡੇ ਬੱਬਾ ਬੱਬਾ ਕੌਂਸਲਰ ਉਹ ਵੀ ਕਦੇ ਸਾਡੇ ਇੱਥੇ ਕਦੀ ਨਹੀਂ ਉਹਨਾਂ ਨੇ ਰਿਕੁਐਸਟ ਕਦੀ ਚੈੱਕ ਨਹੀਂ ਕੀ ਕਿਹੜੇ ਲੋਕ ਕਿਹੜੇ ਹਾਲਾਤ ਜਰੇ ਕਈ ਵਾਰ ਉਹਨਾਂ ਨੇ ਕਿਹਾ ਕਿ ਇਧਰ ਆਣ ਕੇ ਜਰਾ ਝਾਤੀ ਮਾਰੋ ਇਧਰ ਆਣ ਕੇ ਪਰ ਕਦੀ ਨਹੀਂ ਆਏ ਤੁਹਾਨੂੰ ਕੀ ਸ਼ਿਕਾਇਤ ਹੈ ਇਹਨਾਂ ਵੱਲੋਂ ਸ਼ਿਕਾਇਤ ਕੀ ਸਾਡੇ ਜਦੋਂ ਥੋੜਾ ਜਿਹਾ ਮੀਂਹ ਵਾਰੇ ਇੱਥੇ ਗੋਡੇ ਗੋਡੇ ਪਾਣੀ ਖਲੋ ਜਾਂਦਾ ਸਾਡੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਇੱਥੇ 2-2 ਫੁੱਟ ਤੇ ਪਾਣੀ ਖਲੋ ਗਿਆ ਹਾਂਜੀ ਜਿਹਦੇ ਨਾਲ ਸੇ ਦੁਕਾਨਦਾਰਾਂ ਤੋਂ ਇਲਾਵਾ ਆਣ ਜਾਣ ਵਾਲੇ ਗਾਹਕਾਂ ਨੂੰ ਵੀ ਬੜੀ ਮੁਸ਼ਕਲ ਹੁੰਦੀ ਹੈ ਕਿਉਂਕਿ ਸਾਡੀ ਖੁਆਇਸ਼ ਤੇ ਇਹੀ ਹੈ ਕਿ ਇਹਨੂੰ ਇਲਾਕੇ ਨੂੰ ਚੰਗੀ ਤਰ੍ਹਾਂ ਸੁਧਾਰਿਆ ਜਾਵੇ ਤਾਂ ਕਿ ਆਉਣ ਲਈ ਸਰਕਾਰ ਦਾ ਜਿਹੜਾ ਹੈਗਾ ਵਾ ਉਹ ਨਾਮ ਜਿਹੜਾ ਹੈਗਾ ਸੁਨਹਿਰੇ ਰੱਖਣਾ ਚਾਹੁੰਦੇ ਅਸੀਂ ਤੇ ਇਹੋ ਚਾਹੁੰਦੇ ਹੋਰ